अस्सलाम वालेकुम जी। बिलाल भाई साढ़े को आए ने ते वो कह रहे सन कोई दवाई दी मालूमात दियो। ते इस टाइम तुहानू पता है कि जिहड़ी मक्की दी फसल लगदी पई ते मक्की वास्ते जिहड़ी दवाइयां दो तीन हुंदियां ने, जदों मक्की दा असीं बीज लाना है ना ते उहदे वास्ते बीज कीड़ा ना खावे, ठीक आ। ते और सब तो पहले तो मैं दस दिया बेस्ट बीज जिहड़ा इस टाइम ना वो 63 है मोनसेंटो दा, तुसीं डिकलाब वालिआं दा लैणा वे तो बेस्ट बीज। तो उस उन्हें वास्ते तुसी उते दवाई लानी है। दवाई कड़ी लानी है जी, साढ़े को सीड केयर अवेलेबल होंगी। सीड केयर लाण दा नाल ये हुंदा है कि जिहड़ा बीज है ना थलो कीड़ी नहीं खांदी। अक्सर जिहड़े है ना बिलाल भाई वो आंदे ने जिमीदार कहंदे ने यार बीज गलत निकले, बीज सही नहीं हैगा ते उन्दा इह तो जर्मीनेशन ठीक नहीं होया। तो जर्मीनेशन इस वजह तो ठीक नहीं हुंदा जद तुसी दवाई नहीं लांदे जे ते वो कीड़ी थलो बीज खा जांदी। समझ लगी ना गल दी? इस वजह तो मैं हुन एक दो दवाइया भी दिखाना। आ बिलाल भाई उत्ते दवाई पछी ए जी सीड के दवाई हुंदी है, ए 50 ml हुंदी है। इहदा बेसिक असल सही बराक तरीका ए आ कि तुसी किंज लानी है इहनू, ए 50 ml दवाई हुंदी ते 50 ml ही तुसी पानी शामिल कर। सही, किन्ना एम एल? 50 ml। अक्सर बंदे हुंदे वी ओ ਸ਼ਾਪਲ ਤੇ ਪਾ ਕੇ ਲਾ ਲੈਂਦੇ, ਅੱਧੇ ਬੀਜ ਨੂੰ ਲੱਗਦੀ, ਅੱਧਾ ਜਰਮੀਨੇਸ਼ਨ ਠੀਕ ਹੋ ਜਾਂਦਾ, ਅੱਧੇ ਦਾ ਹੁੰਦਾ ਨਹੀਂ ਦਾ। ਤੁਸੀਂ 50 ml 'ਚ ਅਗਰ ਬੈਸਟ ਹੈ, ਅਗਰ ਤੁਸੀਂ ਪਹਿਲਾਂ ਗਰਮ ਪਾਣੀ ਪਾ ਲਓ, ਠੀਕ ਆ। ਗਰਮ ਪਾਣੀ ਪਾ ਦੋਗੇ ਤਾਂ ਕੰਮ ਠੀਕ ਰਹਿ ਜਾਂਦਾ। ਤੁਸੀਂ ਗਰਮ ਇੱਥੇ ਕੌਣ ਪਾ ਦੋਗੇ? ਕੋਈ ਨਹੀਂ, ਉਵੇਂ ਹੀ ਠੋਕ ਦਿੰਦੇ। ਬਿਹਤਰ ਤਰੀਕਾ ਇਹ ਹੀ। ਹਾਂ, 50 ml ਪਾਣੀ ਪਾਉਣ ਵਾਲੇ 1.5 ਮਿੰਟ ਹੋਇਆ ਅਤੇ ਕੋਈ ਗੱਲ ਨਹੀਂ ਆਪਾਂ ਇਵੇਂ ਤੋਂ। ਅੱਛਾ ਜਨਾਬ, ਮੈਨੂੰ ਇਹ ਦੱਸੋ ਕਿ ਕਣਕ ਦਾ ਜਿਹੜੇ ਅੱਜ ਕੱਲ੍ਹ ਤੁਸੀਂ ਉਦੋਂ ਮਿਸਾਈਲ ਦੀ ਨਿਸ਼ਾਨਦੇਹੀ ਕਰ ਲਿਆ ਸੀ ਵੀ ਛੋਟੀ ਕਣਕ ਹੁੰਦੀ ਹੈ ਤੇ ਪੱਤੇ ਚੌੜੇ ਨਿਸਰਾਂ ਹੋ ਜਾਂਦੀ ਹੈ, ਉਹਦਾ ਹੱਲ ਕੀ ਹੈ? ਦੇਖੋ ਸਭ ਤੋਂ ਪਹਿਲਾਂ ਲੇਟ ਲਾਉਣ ਦੀ ਵਜ੍ਹਾ ਪਾਣੀ ਦੀ ਵਜ੍ਹਾ ਕੀ ਖਰਾਬੀ ਹੁੰਦੀ ਕਣਕ ਜਿਹੜੀ ਹੁੰਦੀ ਨਾ? ਦੇਖੋ ਹੁਣ ਇਸ ਟਾਈਮ ਆਪਾਂ ਡਾਕਟਰ ਕੋਲ ਜਾਈਏ ਤਾਂ ਬਿਮਾਰੀ ਦੀ ਤਸ਼ਖੀਸ ਕਰਦੇ ਨੇ, ਕਹਿੰਦੇ ਨੇ ਉਹ ਕਰਨ ਤੋਂ ਬਾਅਦ ਆਉਂਦੇ ਕੈਲਸ਼ੀਅਮ ਦੀ ਕਮੀ। ਐਵੇਂ ਹੀ ਫਸਲ ਨਾਲ ਵੀ ਹੁੰਦਾ ਹੈ। ਸਭ ਤੋਂ ਪਹਿਲਾਂ ਜਦੋਂ ਤੁਸੀਂ ਕੋਈ ਵੀ ਫਸਲ ਲਾਉਣੀ ਤੁਹਾਨੂੰ ਜਦੋਂ ਪਹਿਲਾਂ ਪਾਣੀ ਦੇਣਾ ਨਾ, ਤਾਂ ਪਹਿਲੇ ਪਾਣੀ ਦੇ ਨਾਲ ਤੁਸੀਂ ਜਿਹੜੀ ਜ਼ਮੀਨ ਦੀ ਪੋਟਾਸ਼ੀਅਮ ਹੁੰਦੀ ਹੈ ਨਾ ਉਹਨੂੰ ਪੂਰਾ ਕਰਨਾ ਹੈ। मतलब के सोहनी दख दे रही है ते उन्दा मकसद ए आ भी फसल दी जड़ी मिकदार है जमीन दी ओ पूरी है, पोटाशियम पूरी पूरी है। अगर ये नहीं सीन बनता पे तो तुसी जनाब पहले पानी ते उन्हों जदों यूरिया या पहले थले DAP पाई, ठीक है, नहीं तो यूरिया दे नाल 2 सल्फर ते 1 होमियो ऐसा तुसी फ्लड करना। उन्दे नाल जनाब जड़ी ताड़ी थले रुकी हुंदी है ना ताकत वगैरह फसल नूं जड़ी आपां खाद वगैरह पाई दी तो वह रुकी हुंदी तो वह भी चुकदी उतां ते उह फसल नूं मुहैया करदी। मतलब एक लेयर जड़ी जम्मी हुंदी उह लेयर खत्म करदी है ਤੇ ਉਹ ਤਾਕਤ ਮਿਲਣੀ ਫਸਲ ਨੂੰ ਸ਼ੁਰੂ ਹੋ ਜਾਂਦੀ ਹੈ। ਸਹੀ। ਅੱਛਾ, ਇਹ ਪੱਤੇ ਜਿਹੜੇ ਨੇ ਕਣਕ ਦੇ ਉਹ ਜਲਦੀ ਕਈਆਂ ਦੇ ਪੀਲੇ ਹੋ ਜਾਂਦੇ ਨੇ? ਉਹ ਪੀਲੇ ਇਸੇ ਵਜ੍ਹਾ ਤੇ ਹੁੰਦੇ ਨੇ, ਸਰਦੀ ਤਾਂ ਨਹੀਂ, ਸਰਦੀ ਕੋਰੇ ਦੀ ਵਜ੍ਹਾ ਤਾਂ ਨਹੀਂ? ਜਦੋਂ ਮੌਸਮ ਤਬਦੀਲ ਹੋ ਰਿਹਾ ਹੁੰਦਾ ਨਾ ਬਿਲਾਲ ਭਾਈ, ਮੌਸਮ ਤਬਦੀਲ ਹੋਣ ਨਾਲ 6 ਮਾਮਲਾਤ ਹੁੰਦੇ ਨੇ। ਕੋਰਾ ਜਿਹੜਾ ਹੁੰਦਾ ਨਾ ਬੇਸਿਕਲੀ ਇਹ ਇਹਦੇ ਵਾਸਤੇ ਅੱਛਾ ਹੁੰਦਾ ਕਣਕ ਵਾਸਤੇ। ਅੱਛਾ, ਲੇਕਿਨ ਸੇਮ ਨੂੰ ਬੜਾ ਨੁਕਸਾਨ। ਹਾਂ, ਬਸੇਮ ਜਿਹੜੀ ਹੁੰਦੀ ਉਹਨੂੰ ਰੋਕਦਾ ਹੈ ਕਣਕ ਜ਼ਿਆਦਾ ਫੈਲਦੀ ਕੋਰੇ ਦੇ ਨਾਲ, ਤੇ ਉਹ ਇਸਾ ਹੀ ਇਹ ਹੀ ਰੌਲਾ ਹੁੰਦਾ ਹੈ ਕਿ ਉਹ ਕਣਕਾਂ ਸਟ੍ਰੈਸ 'ਚ ਆ ਜਾਂਦੀਆਂ ਨੇ ਜਿਹੜੀਆਂ ਕਣਕਾਂ ਤੇ ਉਹ ਪਹਿਲੇ ਪਾਣੀ ਤੇ ਮਿਕਦਾਰ ਉਹਨਾਂ ਦੀ ਪੂਰੀ ਨਹੀਂ ਕੀਤੀ ਜਾਂਦੀ ਤੇ ਉਹ ਇਸ ਕਾਬਲ ਹੀ ਨਹੀਂ ਹੁੰਦੀਆਂ। ਹੁਣ ਜਿਵੇਂ ਉਹ ਇੱਕ ਬਾਦਸ਼ਾਹ ਸੀ ਨਾ, ਤੇ ਦੇਖ ਗੱਲਾਂ 'ਚ ਗੱਲਾਂ, ਉਹ ਬਾਦਸ਼ਾਹ ਸੀ ਤੇ ਬਾਦਸ਼ਾਹ ਨੇ ਬਹਾਦਰੀ ਦਾ ਟੈਸਟ ਲੈਣਾ ਸੀ ਤੇ ਉਹਨੇ ਕਿਹਾ ਮੈਂ ਕਿਸੇ ਫੌਜ ਨਾਲ ਜੰਗ ਕਰਨੀ ਤੇ ਮੈਨੂੰ ਚੰਗੇ ਜਵਾਨ ਜਵਾਨ ਬੰਦੇ ਚਾਹੀਦੇ ਨੇ, ਤੇ ਉਹ ਬੜੇ ਬੜੇ ਚੁਣ ਚੁਣ ਕੇ ਬੰਦੇ ਲਿਆਂਤੇ ਤੇ ਉਹਨਾਂ ਨੇ ਬੰਦੂਕ ਕਦੀ ਨਹੀਂ ਵੇਖੀ ਸੀ ਉਹਨਾਂ ਬੰਦਿਆਂ ਨੇ, ਤੇ ਬਾਦਸ਼ਾਹ ਨੇ ਨਾ ਸਿੱਧੀ ਫੈ ਉਹਨੇ ਕਿਹਾ ਇਹ ਉਹ ਚੀਜ਼ ਜਿਹਦੇ ਨਾਲ ਬੰਦੇ ਮਾਰਨੇ ਨੇ ਆਪਾਂ, ਤੇ ਬਾਦਸ਼ਾਹ ਨੇ ਸਿੱਧਾ ਕਰਕੇ ਤੇ ਫੈਦ ਉਹਨਾਂ ਨੂੰ ਲੈਣ 'ਚ ਬੰਦੇ ਉਠਾਲਤੇ, ਉਹਨੇ ਕਿਹਾ ਤੁਹਾਡੀ ਬਹਾਦਰੀ ਦਾ ਟੈਸਟ ਲੈਣਾ, ਤੇ ਉਹ ਜਨਾਬ ਨਾ ਟੈਸਟ ਲੈਣ ਲੱਗਾ 100 ਬੰਦੇ ਉਠਾਲੇ, ਬਾਦਸ਼ਾਹ ਨੇ ਸਿੱਧਾ ਕਰਕੇ ਨਾ ਵਜ਼ੀਰ ਨੂੰ ਹੈ ਚਲਾ ਗੋਲੀ, ਉਹ ਗੋਲੀ ਉਹਨੇ ਹੈ ਜਦੋਂ ਚੱਲਣ ਲੱਗੀ ਉਹਦਾ ਕਰ ਲਵੀ, ਉਹ ਸਿੱਧੀ ਰੱਖ ਕੇ ਉਹਨਾਂ ਗੋਲੀ ਚਲਾਈ ਤੇ ਜਦੋਂ ਚੱਲਣ ਲੱਗੀ ਤੇ ਯਕਦਮ ਉਹਨੇ ਉਹਦਾ ਕਰ ਲਈ ਤੇ ਸਾਰੇ ਬੰਦੇ ਡਰ ਕੇ ਡਿੱਗ ਪਏ, ਇੱਕ ਬੰਦਾ ਖੜਾ ਰਿਹਾ, ਤੇ ਬਾਦਸ਼ਾਹ ਨੇ ਕਿਹਾ ਮੈਨੂੰ ਇੱਕ ਹੀ ਇਹਨਾਂ 'ਚ ਚਾਹੀਦਾ ਜਿਹੜਾ ਕਮਾਂਡ ਕਰ ਸਕੇ ਅੱਗੇ, ਤੇ ਉਹ ਨਾ ਮਲਾਸੀ ਸੀ ਐਵੇਂ ਸਿੰਗਲ ਪਸਲੀ ਜਿਹਾ ਉਹ ਖੜਾ ਰਿਹਾ, ਤੇ ਬਾਦਸ਼ਾਹ ਨੇ ਬਾਦਸ਼ਾਹ ਨੇ ਆ ਬੰਦਾ ਬਹਾਦਰ ਹੈ, ਉਹ ਜਦੋਂ ਜਾ ਕੇ ਉਹਨੂੰ ਹੱਥ ਲਾਇਆ ਤਾਂ ਉਹ ਮਰਿਆ ਹੀ ਪਿਆ, ਬਾਕੀ ਤੇ ਜਦੋਂ ਥੱਲੇ ਡਿੱਗੇ ਤਾਂ ਮਰਿਆ ਹੀ ਪਿਆ, ਉਹ ਉੱਥੇ ਡਰ ਨਾਲ ਹੀ ਖੜਾ, ਡਰ ਨਾਲ ਹੀ ਮਰ ਗਿਆ। ਉਹ ਹਿਸਾਬ ਇਹ ਆ ਵੀ ਜਦੋਂ ਕਿਸੇ ਦੀ ਬੰਦੇ ਦੀ ਤਾਕਤ ਹੀ ਨਾ ਹੋਵੇ
ਤੇ ਉਹਨੂੰ ਫਿਰ ਉਹ ਡਰ ਨਾਲ ਹੀ ਮਰ ਜਾਂਦਾ ਤੇ ਇਸੇ ਕੋਲੋਂ ਕੋਰਾ ਜਦੋਂ ਪੈਂਦਾ ਤੇ ਉਹ ਨਾ ਪੱਤੇ ਸਟ੍ਰੈਸ ਚ ਆ ਜਾਂਦੇ ਉਹਦੇ ਚ ਅੱਗੇ ਜਾਨ ਨਹੀਂ ਹੁੰਦੀ ਇਸੇ ਕੋਲੋਂ ਤਣੇ ਤੋਂ ਆਪਾਂ ਜਾਨ ਪੈਦਾ ਕਰਨ ਵਾਸਤੇ ਉਹਦੀ ਤਾਕਤ ਜ਼ਮੀਨ ਚ ਮੁਹੱਈਆ ਕਰਨੀ ਤਾਂ ਕਿ ਥੋੜੀ ਥੋੜੀ ਚੁੱਕਦਾ ਰਹੇ ਹਾਂ ਤੇ ਇਹ ਜਨਾਬ ਨਾ ਇਹ ਸੀਨ ਹੈ ਇਸੇ ਗੱਲੋਂ ਜਿਹੜੀ ਵੀ ਫਸਲ ਹੈ ਦੇਖੋ ਨਾ ਤੁਸੀਂ ਜਿਹੜਾ ਵੀ ਕੰਮ ਕਰਨਾ ਹੈ ਨਾ ਉਹਦੇ 'ਚ ਤਸੱਲੀ ਬਖਸ਼ ਅਗਰ ਤੁਸੀਂ ਕੰਮ ਕਰੋਗੇ ਨਾ ਮਤਲਬ ਕਿ ਉਹਨੂੰ ਆਪਣੀ ਮਿਹਨਤ ਲਗਨ ਨਾਲ ਕੰਮ ਕਰੋਗੇ ਤਾਂ ਉਹਦੇ 'ਚ ਬਰਕਤ ਹੁੰਦੀ ਉਹ ਤੁਸੀਂ ਛੱਟਾ ਦੇ ਕੇ ਭੁੱਲ ਹੀ ਜਾਓ ਉਹਨੂੰ ਵੇਖੋ ਹੀ ਨਾ ਵੀ ਹਾਲਤ ਕੀ ਹੈ ਤਾਂ ਫਿਰ ਉਹ ਬੂਟੇ ਬਰਕਤ ਵਾਲੇ ਦਾ ਹਿਸਾਬ ਹੋਣਾ ਹੈ ਤੇ ਇਹ ਚੀਜ਼ ਹੈ 5 ਮਿੰਟ ਹੋ ਗਏ ਨੇ।